ਪਹਿਲਾ ਮਾਰੇ ਸਾ ਕੀ ਹਾਲ ਆ ਸ਼ੁਕਰ ਅੱਲਾ ਦਾ ਮਾਸ਼ਾਅੱਲਾ ਹੋਟਲ ਤੁਹਾਡਾ ਬਹੁਤ ਵਧੀਆ ਬਾਈ ਜੀ ਜੀ ਸਾਹਿਬ 20 ਸਾਲ ਵੀ ਆਏ ਸਾ ਇੰਜ ਦਾ ਇੰਜ ਹੀ ਸੀ ਠੀਕ ਹੋਟਲ ਆ ਤੁਹਾਡਾ ਜੀ ਆਈ ਸਾਹਿਬ ਹੋ ਠੀਕ ਹੋ ਜੀ ਦੁਆਵਾਂ ਦੁਆਵਾਂ ਸਾ ਚੌਧਰੀ ਡੋਗਰ ਤੁਹਾਡੇ ਕੋ ਆ ਗਿਆ ਚੌਧਰੀ ਡੋਗਰ ਚੌਧਰੀ ਭਾਈ ਡੋਗਰ ਚੌਧਰੀ ਭਾਈ ਡੋਗਰ ਹਾਂ ਜੀ ਕਰੋ ਪੇਮੈਂਟ ਇੱਕ ਕੰਟਰਾਸਟ ਰਲਿਆ ਨਹੀਂ ਸਰ ਕੀ ਰਲਿਆ ਚੌਧਰੀ ਭਾਈ ਡੋਗਰ ਹਾਂ ਇਹ ਕੀ ਹੋ ਗਿਆ ਸਰ ਡੋਗਰ ਚੌਧਰੀ ਨਹੀਂ ਹੁੰਦਾ ਨਹੀਂ ਨਹੀਂ ਸਰ ਮਲਕ ਹੁੰਦੇ ਨੇ ਉਹ ਚੌਧਰੀ ਚੌਧਰੀ ਦਾ ਚੌਧਰੀ ਕਿਹਨੂੰ ਕਹਿੰਦੇ ਆ ਕਿਹਨੂੰ ਕਹਿੰਦੇ ਜੀ ਜਿਹੜਾ ਚੌਂ ਬੰਦਿਆਂ ਦਾ ਕੰਮ ਕਰੇ ਉਹਨੂੰ ਚੌਧਰੀ ਕਹਿੰਦੇ ਆ ਹਾਂ ਚੌਧਰੀ ਕੋ ਜ਼ਾਤ ਨਹੀਂ ਤੇ ਡੋਗਰ ਜਿਹੜਾ ਚਾਰ ਬੰਦੇ ਚਪੇੜਾ ਮਾਰੇ ਉਹ ਡੋਗਰ ਕਹਿੰਦੇ ਨੇ ਸਰ ਚੌਧਰੀ ਜ਼ਾਦਰੀ ਤੇ ਕੀ ਹੈ ਸਰ ਇਹੋ ਜਿਹਾ ਮੁੰਡਾ ਕੰਮ ਵੀ ਕੋਈ ਨਹੀਂ ਕਰਦਾ ਤੇ ਇੰਨੇ ਪੈਸੇ ਹੁੰਦੇ ਆ ਚੁੱਪ ਕਰ ਚੌਧਰੀ ਏਡੀ ਨੇ ਕਾਨੇ ਵਾਲੀ ਸੇਫਟੀ ਕੀ ਕਾਨੇ ਵਾਲੀ ਸੇਫਟੀ ਲਓ ਜੀ ਇਹ ਤੁਹਾਡਾ ਤਾਂ ਕਮਰਾ ਲੱਗਣਾ ਹੀ ਨਹੀਂ ਗੱਲ ਤਾਂ ਸੁਣੋ ਤੁਸੀਂ ਪਹਿਲਾਂ ਜੁਗਤਾ ਕਰੋ ਵੀ ਚੌਧਰੀ ਆਇਆ ਜੁਗਤਾ ਕਰ ਰਿਹਾ ਵੀ ਖੁਸ਼ ਹੋ ਕੇ 200 ਲਏਗਾ ਅਸੀਂ ਆਧਾਰ ਲਵਾਂਗੇ ਜੀ ਚੋਈ ਸਾਹਿਬ ਹੁਕਮ ਕਰੋ ਸਰ ਤੂੰ ਇੱਥੇ ਕੀ ਲੱਗਾ ਮੈਂ ਸਰ ਇੱਥੇ ਵੇਟਰ ਹਾਂ ਚੋਈ ਸਾਹਿਬ ਤੁਸੀਂ ਵੀ ਹੋਟਲ 'ਚ ਹੁੰਦੇ ਹੋ ਜੀ ਸਰ ਮੈਂ ਵੀ ਇਸੇ ਹੋਟਲ 'ਚ ਹੁੰਦਾ ਮਿਹਰਬਾਨੀ ਮੈਂ ਸਰਾਂ 'ਚ ਮੰਜੀ ਲੈ ਲੈਣਾ ਜਨਾਬ ਗੱਲ ਤਾਂ ਸੁਣੋ ਕੀ ਹੋ ਗਿਆ ਜੀ ਹਜ਼ੂਰ ਇਹ ਤੰਬੂ ਧੋਣ ਵਾਲਾ ਸਾਬਣ ਵੀ ਤੁਸੀਂ ਰੱਖਿਆ ਜਨਾਬ ਇਹ ਤਾਂ ਸਹੀ ਸਾਰੇ ਇਹਦੀ ਡਿਊਟੀ ਹੈ ਸਾਲਿਆ ਤੂੰ ਬੋਲ ਆਈ ਆ ਅੱਗੇ ਤੇਰੇ ਕੋਲ ਥੋੜੀ ਬੋਲ ਆਉਂਦੀ ਆ ਹਾਂ ਇਹ ਸਾਊਦੀ ਅਰਬ ਹੁੰਦਾ ਹੀ ਪਹਿਲੇ ਅੱਛਾ ਜੀ ਸਾਹਿਬ ਉੱਥੇ ਗੁਨਾਹਗਾਰਾਂ ਦੀਆਂ ਧੋਣਾਂ ਲਾਉਂਦਾ ਹੀ ਕੱਪੜਾ ਪਿੱਛੋਂ ਕਿਉਂ ਲਟਕਾਇਆ ਅਸਲ ਰੌਣਕ ਤਾਂ ਇੱਧਰ ਲੱਗੀ ਆ ਤੁਸੀਂ ਤਾਂ ਕਹਿੰਦੇ ਹੋ ਅੱਗੇ ਮੈਨੂੰ ਪਿੱਛੇ ਕੀ ਹਾਲ ਆ ਦੋਵੇਂ ਕਿਹੜੀਆਂ ਗੰਦੀਆਂ ਫਿਲਮਾਂ ਵੇਖਣ ਲਈਆਂ ਵੱਡਾ ਹੀ ਅਫਸਰ ਹੁੰਦਾ ਜੀਐਮ ਸਰ ਨਹੀਂ ਇੱਥੇ ਸਫਾਈਆਂ ਸਫਾਈਆਂ ਚੌਲਾ ਜੀ ਇਹ ਸਫਾਈਆਂ ਕਰਦੀ ਤੇ ਆ ਇੱਥੇ ਫੀਤਾ ਕੱਟਦਾ ਘਰ ਚ ਸਾਰੇ ਕਾਲੇ ਕਾਲੇ ਰਹਿੰਦੇ ਬਾਹਰ ਲਹਾਇਆ ਵਾਈਟ ਹਾਊਸ ਅਮਰੀਕਾ ਜਾ ਕੇ ਇਹਨੇ ਦਾਅਵਾ ਕਰਤਾ ਕਾਹਦਾ ਜੀ ਕਹਿੰਦਾ ਮੈਨੂੰ ਅੱਧੀ ਜਾਇਦਾਦ ਦਿਓ ਮੈਂ ਓਬਾਮਾ ਦਾ ਸਾਲਾ ਵਾ ਜਿੱਥੇ ਸਵਾਦ ਹੀ ਪੈਦਾ ਨੀ ਹੁੰਦਾ ਇਹ ਯਕੀਨ ਕਰ ਜਿੱਦਣ ਪੈਦਾ ਹੋਣ ਵਾਲਾ ਇਹਦਾ ਆਪਾਂ ਰੋਜ਼ ਜਾਂਦਾ ਸੀ ਦਰਬਾਰ ਤੇ ਅੱਛਾ ਜੀ ਕਹਿੰਦਾ ਬਾਬਾ ਜੀ ਮੇਰੇ ਘਰ ਪੁੱਤਰ ਹੋਵੇ ਫੇਰ ਮੈਂ ਚਾਦਰ ਚੜਾਵਾਂਗਾ ਅੱਛਾ ਜੀ ਅੱਲਾ ਨੇ ਪੁੱਤ ਦੇਤਾ ਮਾਸ਼ਾਅੱਲਾ ਇਹਦੇ ਆਪੇ ਨੇ ਇਹਨੂੰ ਵੇਖਿਆ ਹਾਂ ਗੁੱਸੇ ਨਾਲ ਬਾਬੇ ਤੇ ਗੱਡੀ ਚੜਾਤੀ ਚੋਈ ਸਾਹਿਬ ਇਹ ਫੈਸ਼ਨ ਦੇਖੋ ਆ ਪੈਂਟ ਦੀ ਮੈਚਿੰਗ ਮੂੰਹ ਨਾਲ ਕੀਤੀ ਹੈ ਔਰ ਆਪਣੇ ਖੂਨ ਦੀ ਉਹਨੇ ਇਹਦੇ ਸਵੈਟਰ ਨਾਲ ਕੀਤੀ ਹੋਰ ਚੋਈ ਸਾਹਿਬ ਕੀ ਹਾਲ ਆ ਜੀ ਮੈਂ ਠੀਕ ਹਾਂ ਆਪ ਸੁਣਾਏ ਤੇ ਤੁਸੀਂ ਇੱਥੇ ਕੀ ਹੋ ਮੈਨੂੰ ਬਹਿਨੋਈ ਕਹਿ ਸਕਦੇ ਹੋ ਇਹ ਜੀ ਤੇ ਇਹ ਵੀ ਮੈਨੇਜਰ ਜੀ ਕੌਣ ਕਹਿੰਦਾ ਬਹਿਨੋਈ ਜਨਾਬ ਮੈਂ ਮੈਨੇਜਰ ਆ ਤੇ ਤੁਸੀਂ ਕੀ ਹੋ ਕਿਉਂ ਆਪਕੋ ਕਿਉਂ ਬਤਾਉਂ ਤੁਸੀਂ ਵੀ ਮੈਨੇਜਰ ਹੋ ਨਹੀਂ ਨਹੀਂ ਮੈਂ ਜੀ ਹਾਂ ਇਧਰ ਕੀ ਇਹ ਜੀਐਮਓ ਮੈਨੇਜਰ ਇਹ ਕੋ ਕ੍ਰਾਸ ਜਿਆ ਨਹੀਂ ਪੈ ਗਿਆ ਚੋਈ ਸਾਹਿਬ ਇਹ ਤੇਰਾ ਵੱਡੇ ਅਫਸਰ ਨੇ ਉਹ ਤੇਰਾ ਛੋਟੀ ਅਫਸਰ ਹੈ ਜੀ ਮੈਂ ਇਹਨਾਂ ਦੇ ਤੱਲੇ ਲੱਗਾ ਹੋਇਆ ਤੁਸੀਂ ਇੱਥੇ ਕੀ ਸ਼ੁਗਲ ਮੇਲੇ ਲਈ ਹੋ ਚੌਧਰੀ ਨੇ ਵੇਖੋ ਖੁੱਸਾ ਕਿਵੇਂ ਪਾਇਆ ਜਿਵੇਂ ਮੂੰਹ ਦੇ ਲਾਂਤਾ ਜਾਂਦੀ ਆ ਇਹ ਮੈਂ 100 ਘੱਟ ਦਿੱਤਾ ਸੀ ਨਾ ਤਾਂ ਪਾ ਰਿਹਾ ਹੈਗਾ ਮੈਂ ਕਿ ਚੌਧਰੀ ਸਾਹਿਬ ਜੀ ਆ ਇਹ ਬਾਕੀ ਤੁਸੀਂ ਚੌਧਰੀ ਹੋ ਜੇ ਢੋਲ ਵਜਾਉਂਦੇ ਹੋ ਢੋਲ ਵਜਾ ਲੈਂਦਾ ਜੇ ਗਲ ਪਿਆ ਹੋਵੇ ਤੇ ਅੱਛਾ ਵਜਾ ਲੈਂਦੇ ਅਰੇ ਹੁਣ ਵਜਾਵਾਂਗੇ ਢੋਲ ਇੱਥੇ ਅੱਛਾ ਜੀ ਸਾਹਿਬ ਆਪ ਕੇ ਲਈ ਇਹ ਪੈਂਟ ਪਾਈ ਆ ਜਾਂ ਉੱਤੇ ਰੱਖ ਕੇ ਠੋਕੀ ਆ ਜੀ ਸਾਹਿਬ ਅੱਛਾ ਗੱਲ ਇਹ ਆ ਜੀ ਮੈਨੂੰ ਆਪਣਾ
ਕਮਰਾ ਚਾਹੀਦਾ ਹੈ। ਅੱਛਾ ਤੇ ਕੀ ਕਰਾਇਆ? झूठ ना बोल, यारी दोस्ती च बेड़ा कर खोया तेरा। ਪ੍ਰੋਫੈਸਰ ਚੌਧਰੀ ਸਾਹਿਬ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ, ਹੁਣ ਮਾਸੂਮ ਬੱਚੇ ਨਾਲ ਇਹੋ ਜਿਹੀਆਂ ਗੱਲਾਂ ਕਰੋਗੇ? ਮਾਸੂਮ ਕੌਣ? ਮੈਂ। ਅੱਲਾ ਮਾਫੀ ਦੇਵੇ। ਕਿਉਂ ਮੇਰੇ ਪੁੱਤਰ ਕੋਲ ਪੁੱਛੋ, ਸਹੀ ਦੱਸੇਗਾ। ਚਾਲੀ ਮਰਬੇ ਤੇ ਚੌਰੀ ਹੁਣ 25,000 ਵਾਲੇ ਚ ਰਹੇਗਾ, ਕੋ ਘੱਟ ਕਰੋ। ਅੱਛਾ ਆਪ ਐਸੇ ਕਰੇ, ਆਪ 20,000 ਰੁਪਏ ਦੇ ਦੀਜੀਏਗਾ। 20,000 ਜੇ ਜੀ ਸਾਹਿਬ ਤੁਹਾਡੇ ਵਾਸਤੇ ਕੀ ਹੈ? ਤੁਹਾਡੇ ਲਈ ਤਾਂ ਕੋਈ ਹੈ ਹੀ, ਮੇਰੇ ਲਈ ਤਾਂ 20 ਹੈ ਹੀ ਕੁਛ ਨਹੀਂ। ਘੱਟ ਕਰੋ। ਅੱਛਾ ਚਲੀ, ਆਪ ਐਸੇ ਕਰੇ 15 ਦੇ ਦੀਜੀਏਗਾ। ਆ 15 ਵੀ ਨਹੀਂ ਦੇਗਾ, 10 ਤੇ ਗੱਲ ਮੁਕਾ। ਅੱਛਾ ਮੈਂ ਤੁਹਾਨੂੰ ਦਿਆਂਗਾ ਰੁਪਈਆ 2,500 ਭਾਵੇਂ ਨਾਲ ਤੁਸੀਂ ਵੀ ਪੈ ਜਾਣਾ। ਕਮਰੇ 10,000 ਵਾਲਾ ਹੋ ਜਾਵੇ ਬਸ। ਅੱਛਾ ਕਮਰੇ ਮੇ ਬੈਡ ਉਹ ਕੱਢ ਲਓ ਬਾਹਰ। ਕਿਉਂ ਜੀ? ਕੋਈ ਥੱਲੇ ਸੌਣ ਦੇ ਆਦੀ ਆ। ਅੱਛਾ ਕਮਰੇ ਮੇ ਫ੍ਰਿਜ ਵੀ ਹੈ। ਫ੍ਰਿਜ ਵੀ ਕੱਢ ਲਓ, ਮੈਂ ਪਿਓ ਦੀ ਲਾਸ਼ ਠੰਡੀ ਕਰ ਲਈ ਹੈ। ਅੱਛਾ ਕਮਰੇ ਮੇ ਟੀਵੀ ਵੀ ਹੈ। ਟੀਵੀ ਵੀ ਕੱਢ ਲਓ। ਕਿਉਂ? ਖਬਰਾਂ ਇਹੋ ਜਿਹੀਆਂ ਆਉਂਦੀਆਂ, ਦਿਲ ਘਬਰਾਉਣ ਲੱਗ ਪੈਂਦਾ ਬਾਹਰ। ਛੱਡੋ। ਅੱਛਾ ਕਮਰੇ ਮੇ ਨਾ ਪੱਖਾ ਵੀ ਲਗਾ ਹੋਇਆ। ਪੱਖਾ ਵੀ ਲਾ ਲਓ। ਕਿਉਂ? ਕਮਰਾ ਖਾਲੀ ਕਰ ਦਿਓ, ਮੈਂ ਸਫੈਦੀ ਕਰਨ ਵਾਲਾ। ਅੱਛਾ ਜੋਸਾ ਮੇਰੀ ਬਾਤ ਸੁਣੇ, ਇਸੇ ਕੰਮ ਨਹੀਂ ਕਰ ਸਕਦੇ ਆਪ, ਸਿਰਫ ਔਰ ਸਿਰਫ 2,500 ਰੁਪਏ ਦੇ ਦੀਜੀਏ, ਵਾਸ਼ਰੂਮ ਦੇ ਦਿੱਤੇ ਹਾਂ ਹਮ ਆਪਕੋ। ਬਾਥਰੂਮ? ਹਾਂ। ਡਨ ਕਰੋ। ਓਏ ਅੱਡੇ ਵਦੇ ਚੌਧਰੀ, ਉਹ ਵਾਸ਼ਰੂਮ ਵਿੱਚ ਰਵੋਗੇ ਹੁਣ? ਬਾਥਰੂਮ 'ਚ ਚੌਧਰੀ ਰਵੇ ਦੱਸੋ ਹੀ ਆ। ਕੋਈ ਗੱਲ ਨਹੀਂ, ਚੌਧਰੀ ਵਾਸਤੇ ਤਾਂ ਨਾਲੀ ਵੀ ਬਹੁਤ ਰੁੜ ਜਾਏਗਾ। ਅੱਛਾ ਗਰਮ ਪਾਣੀ ਆਉਂਦਾ? ਜੋਈ ਸਾਹਿਬ 24 ਘੰਟੇ ਗਰਮ ਪਾਣੀ ਆਉਂਦਾ। 24 ਘੰਟੇ ਸਾਲਿਆ, ਮੈਂ ਆਲੂ ਉਬਾਲਣੇ ਉੱਥੇ, 24 ਘੰਟੇ ਗਰਮ ਪਾਣੀ ਨਹੀਂ ਆਉਣਾ ਚਾਹੀਦਾ? ਕਿਉਂ ਜੀ ਸਾਹਿਬ? ਅੱਗੇ ਮੈਂ ਹੋਟਲ 'ਚ ਰਿਹਾ। ਅੱਛਾ 24 ਘੰਟੇ ਉੱਥੇ ਗਰਮ ਪਾਣੀ, ਫਿਰ ਮੈਂ ਅਚਾਨਕ ਟੂਟੀ ਖੋਲੀ ਆ, ਪਿੱਛੋਂ ਗਰਮ ਪਾਣੀ ਨਿਕਲਿਆ, ਫਿਰ ਚੌਰੀ ਸੜ ਗਿਆ ਸਾਰਾ। ਤਿੰਨ ਮਹੀਨੇ ਮੈਂ ਆਪਣੇ ਚੌਰੀ 'ਤੇ ਮਲਮ ਲਾਉਂਦਾ ਰਿਹਾ। ਮਾਂ ਮੈਂ ਵੀ ਕਵਾਂ, ਚੌਧਰੀ ਡੱਬ ਖੜੱਬਾ ਕਿਉਂ ਹੈ? ਟੋਪੀ ਵਾਲਾ ਬੁਰਖਾ ਪਾ ਕੇ ਦੇਸੀ ਸ਼ਰਾਬ ਵੀ ਲੈ ਆਉਂਦੀ ਹੈ। ਇਹ ਸਰ 6 ਮਹੀਨੇ ਜੇਲ੍ਹ ਕੱਟ ਕੇ ਆਈ ਹੈ। ਕਾਲੇ ਕੀ ਅੱਛੀ, ਇਹ ਆਪਣੇ ਸਹੁਰੇ ਨਾਲ ਫੜੀ ਗਈ ਸੀ। ਮੇਰੀ ਚਵਲਾ ਜਿਹਾ, ਮੈਂ ਸਵੇਰ ਦੀ ਭੌਂਕਣ ਡਈ ਆ, ਮੇਰੀ ਸ਼ਾਦੀ ਨਹੀਂ ਹੋਈ, ਮੈਨੂੰ ਕੋਈ ਬੰਦਾ ਹੀ ਚੱਜ ਦਾ ਨਹੀਂ ਮਿਲਿਆ। ਚੌਧਰੀ ਸਾਹਿਬ ਤੁਸੀਂ ਕਰਨੀ? ਤੁਹਾਡੀ ਭੈਣ ਬਾਹਰ ਖਲੋਤੀ ਅੰਦਰ ਬੁਲਾ, ਠੀਕ ਨਹੀਂ? ਕੋਈ ਗੱਲ ਨੀ, ਉਹ ਵੀ ਨੀ ਠੀਕ। ਲੈ ਵਾਹ ਬਈ ਵਾਹ, ਦੇਖੋ ਕਿੰਨੀ ਵਾਫੀ ਦਾ। ਹਾਂਜੀ ਹਾਂਜੀ, ਇਹ ਮੇਰੀ ਵਾਈਫਾਈ ਵਾ।
दुनिया का वाहे जेड़ा लाल नहीं हुंदा बड़ी मेहरबानी चीज साहब बीआं वाले लिया उत्थों दस तू रख तो दस हो बाकी मैनू दियो सारे आप चौई साहब मैं बेगम कितने वेखी हुई है तू कितने वेखी हुई यार कितने कमरा लंबा नहीं याद आता पिया जिन्हें इस होटल जी रही ना तो पहली बारी आई है शुक्र है कल चौधरी घर सी कारपोरेशन वाले ढा गए लोनी चौई साहब ताड़ी बेगम ने सूट बड़ा आला पाया माना इन्होंने घर चले गए की देखो यार मल मल ले मल मल चौधरी साहब छेती छेती कर लो मैं किधर होर भी जाना है तू साडे नसीबां च लिखी गई है हुण तां जिंदगी असीं गुजारनी है ਇਹ ਮੀਆਂ ਬੀਵੀ ਦਾ ਜ਼ੇਨ ਨਾ ਨਾ ਮਿਲੇ ਜੀ ਜੀ ਸਾਹਿਬ ਤੇ ਫਿਰ ਬੱਚਿਆਂ ਦੀਆਂ ਸ਼ਕਲਾਂ ਨਹੀਂ ਮਿਲਦੀਆਂ ਇਸ ਲਈ ਮੈਂ ਇਹਨਾਂ ਵਿਆਹ ਕੀਤਾ ਤੇ ਆਪਣਾ ਹੋਟਲ ਅੱਛਾ ਹੈ ਨਾ ਨਾਸ਼ਤੇ ਚ ਦੱਸ ਦੇ ਕੀ ਕੀ ਖਾਣਾ ਕੀ ਕੀ ਨਾਸ਼ਤੇ ਤੁਹਾਡੇ ਚੋਈ ਸਾਹਿਬ ਸਵੇਰ ਦੇ ਟਾਈਮ ਤੁਹਾਨੂੰ ਅੰਡਾ ਮਿਲੇਗਾ ਅੰਡਾ ਦੇ ਚੋਧਰਾਣੀ ਆਪ ਦਿੰਦੀ ਹੈ ਜੋ ਇਸ ਵੇਲੇ ਮੈਨੂੰ ਫਰਾਈ ਕਰਕੇ ਨਹੀਂ ਦਿੰਦੀ ਤੂੰ ਅੱਛਾ ਜੀ ਸਵੇਰ ਦੇ ਟਾਈਮ ਚੋਈ ਸਾਹਿਬ ਤੁਹਾਨੂੰ ਅੰਡਾ ਮਿਲੇਗਾ ਪਰਾਠਾ ਮਿਲੇਗਾ ਲੱਸੀ ਮਿਲੇਗੀ ਤੇਜ਼ ਪੱਤੀ ਚਾਹ ਮਿਲੇਗੀ ਸਾਰਾ ਕੁਝ ਕਿੱਥੋਂ ਮਿਲੇਗਾ ਜਨਾਬ अपने मेरे वाल मुंह करो मेनू डर आबा कहता पुत तेरे वाल करा तो मेनू आ अच्छा जी अपना दोपहर दोपहर चिकन भी है मटन भी है बीफ भी है हस्पताल चो कदी ਜਾਂ ਹੋਟਲਾਂ ਦੇ ਵਿੱਚੋਂ ਕਦੀ ਵੀ ਗੋਸ਼ਤ ਖਾਣਾ ਹੀ ਨਹੀਂ ਚਾਹੀਦਾ ਚਾਈ ਸਾਹਿਬ ਉਹ ਖੋਤਾ ਪਕੜ ਦਿਆ ਭਾਜੀ ਇਹ ਮੁਤਾਰੀ ਇੱਕ ਦਿਨ ਮੈਂ ਖਾ ਬੈਠਾ ਮੈਨੂੰ ਨਹੀਂ ਪਤਾ ਲੱਗਣਾ ਫਿਰ ਉਹ ਮੇਰੀ ਬੇਗਮ ਕਹਿੰਦੀ ਅੱਜ ਤੁਸੀਂ ਕੁਛ ਖਾਧਾ ਉਹ ਮੈਂ ਖੋਤਾ ਖਾ ਬੈਠਾ ਵੈਸੇ ਇਹ ਮੁਲਤਾਨ ਸੀ ਲਾਹੌਰ 'ਚ ਖਾਧਾ ਹੋਣਾ ਇੱਕੋ ਹੀ ਬਚਿਆ ਹੁਣ अच्छा जी अपना जी चाची साहब गोश्त गोश्त नहीं ठीक है चाची साहब दाल दाल मिलेगी दाल मिलेगी जनाब चने की दाल रायता रायता फ्री है सर बस रायता ते दो रोटियां फड़ लिया चाची साहब एडवांस दे दे एडवांस लगो कितना एडवांस चाची साहब 5000 रुपया कितना 5000 पढ़ो ਤਾਂ ਨਵੇਂ ਡਵਾਂਸ ਦੇਣਾ ਜੀ ਸਾਹਿਬ ਤੁਸੀਂ ਘੱਟ ਮੇ ਪਰਸੋਂ ਦਾ ਟਾਈਮ ਦੇ ਦੇਣਾ ਕਿਨੇ ਵਿਆਹ ਦੇ ਦੇ ਟਾਈਮ ਸਾਨੂੰ ਕੀ ਆਪੇ ਹੀ ਗਮ ਹੋਏਗਾ ਅਜੀ ਕਹਿੰਦੀ ਮੈਂ ਮਸੂਮ ਆ ਮੇਲੇ ਤੇ ਜਾਣਾ ਹੈ ਉੱਥੇ ਵੱਡੇ ਵੱਡੇ ਝੂਟੇ ਲੱਗੇ ਹੁੰਦੇ ਨੇ ਇੱਕ ਝੂਟੇ ਦੀ ਮਾਰ ਹੈ ਹਾਂ ਉਹ ਤੇਰੇ ਨਾਲ ਸਾਹਿਬ ਤੂੰ ਬਸੋ ਨਾ ਉੱਥੇ ਦਰਿਆ ਨਹੀਂ ਜਿਹੜਾ ਕਿਹੜਾ ਚਨਾਬ ਤੂੰ 12 ਵਜੇ ਉੱਥੇ ਪਹੁੰਚ ਜਾਣਾ ਮੈਂ ਪਹੁੰਚਾ ਨਾ ਪਹੁੰਚਾ ਤੂੰ ਛਾਲ ਮਾਰ ਦੇਣੀ ਚਲੋ ਸਾਨੂੰ ਜਿਹੜਾ ਨਾ ਹਰ ਚੀਜ਼ ਟਾਈਮ ਨਾਲ ਮਿਲਣੀ ਚਾਹੀਦੀ ਹੈ ਮੇਰੀ ਗੱਲ ਸੁਣੋ ਆ ਸਾਰੇ ਰੱਖ ਲਓ 1000 ਰੁਪਏ ਤੁਸੀਂ ਇਹ ਰੱਖੋ ਇਹ ਘੜੀ ਬਹੁਤ ਮਹਿੰਗੀ ਹੈ ਤੇ ਤੁਸੀਂ ਇੱਥੇ ਕਿੰਨੀ ਕੁ ਤਨਖਾਹ ਲੈਂਦੇ ਹੋ ਮੈਂ ਯਹਾਂ ਪੇ 50000 ਰੁਪਏ ਉਤੋਂ ਵੀ ਕੁਛ ਹੁੰਦਾ ਵੈਸੇ ਕੀ ਹੁੰਦਾ ਹੁੰਦਾ ਯਾਰ ਟਿਪ ਸ਼ਿਪ ਨਹੀਂ ਦੇਣੀ ਆਪਨੇ ਦੇਣੀ ਹੈ ਦੇਣੀ ਮੈਂ ਉਤੋਂ ਤੋਂ ਨਹੀਂ ਦਿਆਂਗਾ ਹਾਂ ਤਾਂ ਵੈਸੇ ਸੁੱਟ ਦੇ ਅਸੀਂ ਚੁੱਕ ਲਈ ਲੇਟ ਹੋ ਗਿਆ ਬੰਦ ਨਸੀਬੋ ਜੀ ਤੁਸੀਂ ਆਪ
ਅੱਛਾ ਤੂੰ ਤਾਂ ਆਪਣੀ ਦਾ ਵੇਖ ਲਿਆ ਆ ਫੜਾ ਦੇ ਇਹ ਚੁਧਰਾਣੀ ਦਾ ਇਹ ਚੁਧਰਾਣੀ ਦਾ ਚਾਈ ਸਾਹਿਬ ਇਹ ਸ਼ੀਸ਼ਾ ਹੈਗਾ ਇਹ ਚ ਮੂੰਹ ਵੇਖ वैसे भी खड़ा नहीं। वही मेरी बात सुनो। जी। वो डायरेक्टर साहब की कॉल आई थी, उन्होंने कहा कि मेरे लिए 18 कमरे बुक कर। जी मैडम, अभी उनके रूम सारे ओके कर दिए हैं। 16 कमरे ओके हैं जी।